ਜਿਹੜਾ ਬੰਦਾ ਤੁਹਾਡੇ ਵਿੱਚੋਂ ਮੇਰੀ ਮਹਿਮਾਨ ਨਵਾਜ਼ੀ ਕਰੇ, ਮੇਰਾ ਅੱਲਾ ਝੋਲੀਆਂ ਭਰ ਕੇ ਦੇਵੇ, ਬੋਲੋ ਆਮੀਨ। ਤੇ ਜਿਹੜਾ ਨਾ ਕਰੇ, ਮੇਰਾ ਰੱਬ ਉਹਨੂੰ ਟਰੱਕ ਭਰ ਭਰ ਕੇ ਦੇਵੇ। ਪਹਿਲਾ ਗਾਹਕ ਮੇਰਾ ਖਾਨਦਾਨੀ ਨਮਾਜ਼ੀ ਆਦਮੀ ਹੋਏਗਾ ਜਿਹਨੂੰ ਅੱਲਾ ਦੇ ਦੀਨ ਨਾਲ ਪਿਆਰ ਹੈ, ਤੇ ਜਿਹਦੇ ਪਹਿਲੇ ਪੈਸੇ ਆਏ ਇਹ ਦਵਾਈ ਦੇ ਦਿਆਂਗਾ, ਇਹੀ ਆ ਮੁੱਕ ਗਈ, ਮੈਂ ਹੱਥ ਜੋੜ ਕੇ ਸਲਾਮ ਕਰਾਂਗਾ। ਤੇ ਕਬੂਤਰ ਦੇ ਸ਼ਿੰਗਰਫ, ਰੱਬ ਦੀ ਕਸਮ ਤੇਰੀ ਨਸਲ ਚ ਨਹੀਂ ਕਿਸੇ ਨੇ ਖਾਧਾ ਹੋਣਾ, ਪਰ ਇਹ ਸ਼ੇਰ ਦਾ ਪੰਜਾ ਜੇ ਕਾਹਦਾ ਗਿਆ? ਉੱਚੀ ਤੇ ਬੋਲੋ, ਇਹਨੂੰ ਰੋਕਣ ਵਾਸਤੇ ਸ਼ੇਰ ਦਾ ਪੰਜਾ ਚਾਹੀਦਾ, ਗਿੱਦੜ ਦਾ ਨਹੀਂ। ਤੇ ਜਿਹਦੇ ਪਿਓ ਨੇ ਹਾਡੀ ਚੱਟੀ ਹੋਵੇ ਤੇ ਪੁੱਤਰ ਵੱਡਾ ਹੋ ਕੇ ਡੋਈ ਨੂੰ ਮਾਰਨੋਂ ਬਾਅਦ ਪੈਸੇ ਦਵਾਈ ਦੇ ਭਰੋ ਤੇ ਦਵਾ ਲੱਭਦੀ ਆ, ਤੇ ਜੇ ਸਵਾਹ ਦੇ ਭਰੋ ਤਾਂ ਤੇ ਜੇ ਪੈਸੇ ਕੋਲ ਹੁਣ ਕੀਮਤ ਨਹੀਂ ਇੱਕ ਟਾਈਮ ਦੀ ਮਹਿਮਾਨ ਨਵਾਜ਼ੀ, ਬਜਾਏ 400 ਰੁਪਏ ਦੇ, ਬਜਾਏ 450 ਦੇ, ਬਜਾਏ 350 ਦੇ, ਬਜਾਏ 300 ਦੇ, ਬਜਾਏ 250 ਰੁਪਏ ਦੇ, ਮੁੱਲਮ ਜਿੰਨਾ ਸੱਚ ਵਹਾ ਕੇ ਮੈਂ ਦਵਾਈ ਦਾ ਮੁੱਲ ਮੰਗ ਰਿਹਾ, ਮੁੱਲ ਭਾਈ ਮੇਰੀ ਗੱਲਾਂ ਦੀ ਕੀਮਤ ਨਹੀਂ ਹੈ, ਇਹ ਪਸੀਨੇ ਦੀ ਕੀਮਤ ਨਹੀਂ ਹੈ। ਔਰ ਇਹਦਾ ਦੁਕਾਨ ਵਾਲਾ 1 ਰੁਪਈਆ ਮੁਨਾਫਾ ਲੈ ਕੇ ਖਾਣਾ ਮੁਸਾਫਰੀ ਦੇ ਅੰਦਰ ਹਰਾਮ, ਹਰਾਮ ਕੁੱਤਾ, ਹਰਾਮ ਬਿੱਲਾ, ਜਿਸਨੇ ਹਰਾਮ ਕਰਕੇ ਖਾਇਆ ਉਸਨੇ ਸੂਅਰ ਖਾਇਆ, ਤੂੰ ਨਾ ਮੰਨ, ਤੇਰੇ ਜ਼ਮੀਰ ਦੀ ਬਾਤ ਹੈ। ਤੇ ਜੇ ਪੈਸੇ ਕੋਲ ਹੁਣ ਕੀਮਤ ਨਹੀਂ ਹੈ, ਸਿਰਫ ਇੱਕ ਟਾਈਮ ਦੀ ਮਹਿਮਾਨ ਨਵਾਜ਼ੀ ਖਾਨਦਾਨੀ ਤੇ ਨਮਾਜ਼ੀ ਆਦਮੀ ਕੋਲ ਮੈਂ ਲਵਾਂਗਾ, ਸਿਰਫ ਮੂੰਹ ਮੰਗਣ ਲੱਗਿਆ ਸ਼ਰਮ ਆ ਰਹੀ ਹੈ। 100 ਰੁਪਏ ਹਜ਼ੂਰ, ਬਿਸਮਿਲਲਾ ਜੀ, ਅੱਲਾ ਸ਼ਫਾ ਦੇਵੇ। ਮੈਂ ਕਿਹਾ ਸੀ 500 ਨਮਾਜ਼ੀ ਖੜਾ ਹੋਵੇ, ਮੇਰੀ ਦਵਾਈ ਦਾ ਗਾਹਕੜਾ ਬਣੇ, ਮੈਂ ਇੱਕ ਮੋ ਛੱਡ। ਬਿਸਮਿਲਲਾ ਜੀ, ਪੈਸੇ ਬਾਹਰ ਕੱਢਣ ਦਾ ਇਸ਼ਾਰਾ ਨਹੀਂ, ਇੱਕ ਰਾਉਂਡ ਇੱਕ ਚੱਕਰ ਤੇ ਦਵਾਲੇ ਨੇ ਸ਼ੁਕੁੱਤੇ ਦਾ ਪੁੱਤਰ ਹੋਏਗਾ। ਤੇ ਦਵਾਈ ਇਹ ਤੇਰੇ ਵੇਖਦਿਆਂ ਵੇਖਦਿਆਂ ਮੁੱਕ ਜਾਣੀ ਆ, ਬਦ ਕਿਸਮਤ ਬੰਦੇ ਦੇ ਪੈਸੇ ਹੱਥਾਂ ਵਿੱਚ ਰਹਿ ਜਾਂਦੇ ਨੇ, ਪਰ ਕਲੇਜਾ ਮਾੜਾ ਜਿਹਾ ਸ਼ੇਰ ਜਿੰਨਾ ਚਾਹੀਦਾ ਜੀ। 100 ਰੁਪਏ ਭਾਈ ਜਾਨ, ਇਹ ਕਈਆਂ ਦੀ ਹੁਣ ਬੂਥੀਆਂ ਚੈੱਕ ਕਰਨੀਆਂ, ਸਿਰਫ ਤੁਸੀਂ 100 ਦਾ ਨਾਂ ਸੁਣਦੇ ਆ 100 ਵਾਰੀ ਫਰ ਉਹ ਗਿਆ ਹੀ ਫਰ। ਮੈਂ ਦਿੰਦਾ ਜੀ 1 ਮਿੰਟ, ਐਡਾ ਕਿਲੋ ਬਿਸਮਿਲਲਾ ਭਾਜੀ ਮੈਂ ਦਿੰਦਾ, ਇਹ ਦਵਾਈ ਹੁਣੇ ਮੁੱਕ ਜਾਣੀ ਆ, ਤੇਰੇ ਕੋਲ ਪੈਸੇ ਹੋਣਗੇ, ਮੈਨੂੰ ਕਲਮੇ ਦੀ ਕਸਮ ਮੇਰੇ ਕੋਲ ਦਵਾਈ ਨਹੀਂ ਹੁੰਦੀ। 100 ਰੁਪਇਆ ਜੀ ਬਿਸਮਿਲਲਾ ਜੀ, 100 ਬਿਸਮਿਲਲਾ ਭਾਜੀ ਮੈਂ ਦਿੰਦਾ, 100 ਰੁਪਇਆ ਜੀ, 100। ਸਾਰੀਆਂ ਗੱਲਾਂ ਛੱਡੋ, ਪਹਿਲੇ ਸੱਪ ਨੂੰ ਧਿਆਨ ਮਾਰਿਓ, ਜ਼ਰਾ ਮਲੰਗ ਥੱਲੇ ਪਵੀ, ਜ਼ਰਾ ਬੱਚਾ ਥੱਲੇ ਪਵੀ, 1 ਮਿੰਟ ਭਾਜੀ, ਜ਼ਰਾ ਥੱਲੇ ਪਿਓ, 1 ਮਿੰਟ ਸਿਰ ਥੱਲੇ ਪਿਓ, ਇਹ ਮੇਰੇ ਵੱਲ ਵੇਖੀ ਹੁਣ ਜ਼ਰਾ, ਹੈਲੋ ਮੇਰੇ ਵੱਲ ਵੇਖੀ ਜ਼ਰਾ, ਇਹ ਬੋਲੋ ਪੈਸੇ ਖਰੇ ਆ ਕਿ ਖੋਟੇ ਨੇ? ਤੁਹਾਡੇ ਪੈਸੇ 16 ਨੇ ਖਰੇ ਆ, ਮੈਂ ਮਰਨਾ ਵਾ ਆਪਣੀ ਕਬਰ 'ਚ ਆਪ ਸਾਥ ਦੇਣਾ ਜਾਂ ਮੇਰੀ ਜਗ੍ਹਾ 'ਤੇ ਅੱਜ ਹੀ ਦੇਊਗਾ? ਹੈ ਜੀ, ਮੈਂ ਆਪ ਦੇਣਾ, ਤੁਹਾਡੇ ਪੈਸੇ 16 ਨੇ ਖਰੇ ਆ, ਮੇਰੇ ਵੱਲ ਨਹੀਂ ਵੇਖਣਾ। ਖੁਦਾ ਸਮੀਉਲ ਬਸੀਰ ਹੈ, ਖੁਦਾ ਵੇਖ ਵੀ ਰਿਹਾ ਤੇ ਖੁਦਾ ਸੁਣ ਵੀ, ਆਵਾਜ਼ ਦੇ ਉਹ ਗੂੰਗਿਆ ਹੁਣ ਜ਼ਰਾ, ਅਗਰ ਖੁਦਾ ਚਾਹੇ ਬੋਲਣ ਵਾਲੀ ਆਵਾਜ਼ ਬੰਦ ਕਰ ਸਕਦਾ ਜਾਂ ਨਹੀਂ ਕਰ ਸਕਦਾ, ਤੇਰਾ ਈਮਾਨ ਹੈ? ਇੱਧਰ ਵੇਖ, ਤੁਹਾਡੇ ਪੈਸੇ 16 ਨੇ ਖਰੇ ਆ, ਮੇਰੇ ਵੱਲ ਨਹੀਂ ਵੇਖੀ ਹੁਣ ਜ਼ਰਾ, ਲਾ ਇਲਾਹਾ ਇਲੱਲਾਹ ਮੁਹੰਮਦੁਰ ਰਸੂਲੁਲਲਾਹ, ਖੁਦਾ ਵੇਖ ਰਿਹਾ, ਖੁਦਾ ਸ਼ਾਰਕ ਤੋਂ ਨਜ਼ਦੀਕ ਹੈ, ਇੱਧਰ ਦੇਖਣਾ ਜ਼ਰਾ, ਦਿਲ ਦੇ ਅੰਦਰ ਬੈਠਾ, ਅਗਰ ਤੇਰੇ ਪੈਸੇ 16 ਨੇ ਖਰੇ ਹੈ, ਮੇਰੀ ਦਵਾਈ ਮਿਲਦੀ ਔਰ ਜਿਗਰ ਵਾਸਤੇ 18 ਆਨੇ ਖਰੀ ਹੈ, ਸ਼ਫਾ ਕਿਨੇ ਦੇਣੀ ਹੈ? ਹੁਣ ਬਹੁਤਾ ਇਮਾਨਦਾਰ ਬਣਨਾ, 100 ਰੁਪਈਆ ਮੇਰੇ ਕੋਲ ਫੜ, ਚੱਲ ਮਸਜਿਦ ਦੇ ਅੰਦਰ, ਚੱਲ ਉੱਥੇ ਰੱਖ ਜਿੱਥੇ ਅੱਲਾ ਨੂੰ ਸਜਦਾ ਤੂੰ ਕਰਦਾ, ਮੈਂ ਉੱਥੋਂ ਜਾ ਕੇ ਲਿਆਵਾਂਗਾ, ਮੇਰੇ ਬੱਚਿਆਂ ਦਾ ਰਿਜ਼ਕ ਹਲਾਲ ਹੈ। ਤੇ ਜਿਹਨੇ ਫੇਰ ਵੀ ਨਹੀਂ ਮੰਨਣਾ ਤੇ ਨਾ ਮੰਨਣ ਵਾਲੇ ਲੰਨ ਉਸੀ ਰਕਸ਼ੇ ਦੇ ਆ, ਮੈਂ ਵਿੱਚੋਂ ਦੀ ਨਹਿਰ ਦੱਬਿਆ ਹੈ, ਮੈਂ ਜ਼ਖੀਰਾ ਬਾੜਨ ਵਾਲੀ ਕੌਮ ਨੂੰ ਨਹੀਂ ਸਮਝਾਉਣਾ, ਪਰ ਇੱਕ ਮਰਦ ਵਾਸਤੇ ਆ 3 ਡੱਬੇ, ਇਹ 30 ਗੋਲੀਆਂ, ਛਾਤੀ ਕੁਰਸ, 1 ਮਹੀਨੇ ਦਾ ਇਲਾਜ ਹੈ ਮੇਰੇ ਵੱਲ ਸਭ ਤੇ, ਕਹਿੰਦੇ ਨੇ ਸਾਵਣ ਦੇ ਮਹੀਨੇ 'ਚ, ਭਾਦਰੋ ਦੇ ਮੌਸਮ 'ਚ ਜਿਹੜਾ ਬੰਦਾ ਮੇਰਾ ਛਾਤੀ ਕੁਰਸ ਖਾ ਲਵੇ ਤੂੰ ਹੱਥਾਂ ਨਹੀਂ ਅੰਗੂਠੇ ਕਹਿੰਦਾ, ਖੂਨ ਤੇ ਪਸੀਨਾ ਇੱਕ ਹੁੰਦਾ, ਮੈਂ ਪੈਰਾਂ ਦੇ ਵੀ ਲਾ ਕੇ ਦਿੰਦਾ, ਲੇਕਿਨ 3 ਡੱਬੇ 100 ਤੇ 100 ਤੇ 100 ਕਿੰਨਾ ਬਣ ਗਿਆ? ਉਹ ਪਹਿਲਾਂ ਕੱਢ ਕੇ ਖੜੋਤੇ, ਮੈਂ ਮੁਨਾਫਾ ਹਰਾਮ ਗਿਆ, ਇਹ 3 ਡੱਬੇ ਛਾਤੀ ਕੁਰਸ 1 ਮਹੀਨੇ ਦਾ ਇਲਾਜ, ਮੁਨਾਫਾ ਹਰਾਮ, ਲਾਗਤ ਹਲਾਲ, ਮੈਂ 200 ਰੁਪਏ ਲਵਾਂਗਾ ਭਾਜੀ। ਬਿਸਮਿਲਲਾ ਜੀ, ਬਿਸਮਿਲਲਾ ਭਾਜੀ, ਬਿਸਮਿਲਲਾ, ਬਿਸਮਿਲਲਾ ਜੀ, 200 ਰੁਪਇਆ ਜੀ, ਬਿਸਮਿਲਲਾ, ਪੈਸੇ ਬਾਹਰ, ਹਾਂਜੀ ਇੱਕ ਚੱਕਰ ਲਾਣਾ, 200 ਰੁਪਇਆ ਜੀ, ਬਿਸਮਿਲਲਾ ਜੀ, ਬਿਸਮਿਲਲਾ ਭਾਜੀ, ਬਿਸਮਿਲਲਾ, ਪਤਾ 200 ਰੁਪਇਆ, 200 200 200। ਔਰ ਹੁਣ ਇੱਕ ਗੱਲ ਕਵਾਂਗਾ, ਅਗਰ ਖੁਦਾ ਨੇ ਤੇਰੀ ਜੇਬ 'ਚ ਅੱਜ 200, ਇੱਧਰ ਵੀ ਦਿਓ ਜੀ ਇੱਕ ਕੋਰਸ, ਇੱਧਰ ਵੀ ਇੱਕ ਕੋਰਸ ਦਿਓ। ਅੱਛਾ 1 ਮਿੰਟ ਸੁਣੋ, ਪਹਿਲਾ ਵਾਅਦਾ ਸੱਪ ਦਾ ਸੀ, ਇਹ ਖੁੱਲਿਆ ਪਿਆ ਹੈ, ਬਰੀਕ ਜਿਹਾ ਕੱਚਾ ਵਾਅਦਾ ਨਹੀਂ ਕੀਤਾ, ਤੇ ਦੂਜਾ ਵਾਅਦਾ ਮੇਰਾ ਨਾੜ ਦਾ ਸੀ, ਜਿਸ ਨਾੜ ਤੇ ਮਰਦ ਹੱਥ ਲਾਵੇ ਤੇ ਔਰ ਇੱਧਰ ਭਾਜੀ, ਇੱਧਰ ਵੀ ਦਿਓ, ਆ ਵੇਖ ਯਾਰ, ਆ ਮਜ਼ਦੂਰ ਆਦਮੀ, ਅਗਰ ਇਹਦੇ ਕੋਲੋਂ ਮੈਂ ਪੈਸੇ ਚੰਗੇ ਲੈ ਕੇ ਮੈਂ ਇਹਨੂੰ ਚੀਜ਼ ਮਾੜੀ ਦੇਵਾਂ, ਤੇ ਮੈਂ ਕਹਿੰਦਾ ਇਨਸਾਨ ਨਾਲੋਂ ਕੁੱਤਾ ਬਿਹਤਰ ਹੈ ਜਿਹੜਾ ਰੂੜੀ ਤੋਂ ਹੱਡੀ ਚੱਕ ਕੇ ਗੁਜ਼ਾਰਾ ਕਰਦੇ। ਬੋਲੋ, ਪਰ ਚੰਗੀ ਚੀਜ਼ ਇੱਧਰ ਦਿਓ ਜੀ, ਇੱਧਰ ਦੇਖਣਾ, ਆ ਇਹਨੂੰ ਮਜ਼ਦੂਰ ਨੂੰ ਦੇ ਦੇਣੇ, 3 ਹੀ ਦੇਣੇ ਇਹਨੂੰ ਪੂਰੇ, 50 ਲੈਣੇ ਇਹਦੇ ਕੋਲ, ਇਹ ਵੀ ਮਸਜਿਦ 'ਚ ਪਾਉਣੇ, ਇਹ ਲੈਦਾ ਪਾਈ ਨੇ, ਇੱਧਰ ਦੇਖਣਾ ਜੀ ਜ਼ਰਾ, ਤੇ ਇਨਸ਼ਾਲਾ ਇਹ ਖਾਏਗਾ ਨਰ, ਵਸਾਏਗਾ ਘਰ, ਇਹ ਗਰਮੀ ਕੀ ਦਵਾ, ਤੇ 200 ਰੁਪਈਆ ਇਹ ਮਰਦ ਆਦਮੀ ਦੇ ਹੱਥ ਦੀ ਮੈਲ ਆ, ਗਾਂਡੂ ਦੇ ਹਜੇ ਵੀ ਸਿਰ ਦਾ ਹੀ ਤਾਜ ਹੈ, ਉਹ ਕਹਿੰਦਾ ਅੱਖਾਂ ਬੰਦ ਕਰ, ਮੈਂ ਤੇਰਾ ਹੱਕ ਖਾਵਾਂ, ਤੇ ਜਿਹੜਾ ਕਿਸੇ ਦਾ ਹੱਕ ਖਾਂਦਾ ਹੀ ਬਖਸ਼ਿਆ,
ਇਧਰ ਦੇਖਣਾ, ਇਧਰ ਦੇਖਣਾ, ਤਿੰਨ ਪੂਰੇ ਕਰੋ ਜੀ, ਇਧਰ ਵੀ ਦਿਓ ਜੀ ਮਲੰਗ, ਇੱਕ ਮਿਲਿਆ ਸੌ ਦਿੱਤਾ, 200 ਦੇ ਪੁੱਤ ਪੂਰਾ, ਇਧਰ ਤਿੰਨ ਪੂਰੇ ਕਰੋ ਜੀ, ਇਧਰ ਦੇਖਣਾ। ਗੱਲ ਕਵਾਂਗਾ ਕਿ ਅਗਰ ਖੁਦਾ ਨੇ ਤੇਰੀ ਜੇਬ ਚ ਅੱਜ 100-200 ਰੁਪਈਆ ਦਿੱਤਾ, ਤੈਨੂੰ ਖੁਦਾ ਦੀ ਕਸਮੇ ਸਮਝ ਨਹੀਂ ਡਿੱਗ ਪਿਆ। ਤੇ ਮੈਂ ਹਰ ਮੰਡੀ ਇੱਥੇ ਮਜਮਾ ਲਾਉਂਦਾ, ਬਾਹਰੋਂ ਚੱਲ ਕੇ ਨਹੀਂ ਆਇਆ, ਮੈਂ ਰਹਿਣ ਵਾਲਾ ਸਰਗੋਧੇ ਦਾ ਪਤਾ ਮੇਰਾ ਮੁਲਕਾਮ ਦਾ, ਇਧਰ ਦੇਖਣਾ। ਲਾਹੌਰ ਦਾਤਾ ਦੀ ਨਗਰੀ ਜਦੋਂ ਮਰਜ਼ੀ ਮੈਨੂੰ ਮਿਲ ਲੈਣਾ, ਇੱਧਰ ਦੇਖਣਾ ਕਿਹੜੇ ਦਿਨਾਂ 'ਚ, ਸਾਵਣ ਦੇ ਬਹਾਦਰੋ ਦੇ ਮੌਸਮ ਤੋਂ ਬਾਅਦ, ਅਤੇ ਬਹਾਵਲ ਨਗਰ ਇੱਧਰ ਦੇਖਣਾ, ਐਸਾਨਾਬਾਦ ਕਲੋਨੀ ਮੇਰੀ ਰਹਿਸ਼ ਹੈ, ਮੈਨੂੰ ਬੱਚਾ ਬੱਚਾ ਜਾਣਦਾ, ਹੋਰ ਕਿਹਨੂੰ ਚਾਹੀਦਾ ਜੀ, ਬਸ ਬਰ ਮੰਨ ਕਰੀਏ ਜੀ, ਇਹ ਫੜਾਓ ਹਾਂਜੀ ਜ਼ਰਾ ਮੈਨੂੰ, ਲਓ ਇੱਕ ਇੱਕ ਖੁਰਾਕ ਲਵੋ।